ਹੋ ਗਿਆ। ਅਸੀਂ ਇਹਨਾਂ ਨੂੰ ਬਹੁਤ ਲੱਭਿਆ, ਫਾਦਰ ਜੀ ਨੂੰ ਬਹੁਤ ਲੱਭਿਆ, ਪਤਾ ਨਹੀਂ ਕਿੱਥੇ ਚਲੇ ਗਏ। ਸਾਨੂੰ ਕੁਛ ਵੀ ਪਤਾ ਨਹੀਂ ਸੀ ਲੱਗਦਾ ਕਿੱਥੇ ਚਲੇ ਗਏ। ਅਸੀਂ ਕਿਹਾ ਵੀ ਅਸੀਂ ਜਿਨ੍ਹਾਂ ਤੋਂ ਅਸੀਂ ਠੀਕ ਹੋਏ ਹਾਂ ਫਾਦਰ ਜੀ, ਤੋਂ ਕਿੱਥੇ ਚਲੇ ਗਏ। ਕਈਆਂ ਨੂੰ ਪੁੱਛਿਆ, ਬਹੁਤ ਲੋਕਾਂ ਨੂੰ ਪੁੱਛਿਆ, ਫੋਨ ਨੰਬਰ ਵੀ ਲਏ ਕਈਆਂ ਤੋਂ। ਫਿਰ ਮੇਰੇ ਨਾਲ ਇੱਕ ਲੜਕੀ ਜੋਬ ਕਰਦੀ ਮੁਕਤਸਰ ਦੀ, ਉਹਨਾਂ ਦੀ ਸੰਗਤ ਇੱਥੇ ਆਉਂਦੀ ਸੀਗੀ, ਉਹਨਾਂ ਦੀ ਸੰਗਤ ਆਉਂਦੀ ਸੀ। ਤੇ ਫਿਰ ਉਹਨਾਂ ਨੇ ਸਾਨੂੰ ਸਿਸਟਰ ਦਾ ਨੰਬਰ ਲੈ ਕੇ ਦਿੱਤਾ ਇਹਨਾਂ ਦਾ। ਇਹਨਾਂ ਨਾਲ ਮੇਰੀ ਗੱਲ ਹੁੰਦੀ ਸੀਗੀ ਸਿਸਟਰ ਨਾਲ। ਮੈਂ ਇਹਨਾਂ ਨੂੰ ਕਿਹਾ ਮੈਂ ਮਿਲਣਾ ਚਾਹੁੰਦੀ ਹਾਂ, ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ। ਮੇਰਾ ਬ੍ਰਦਰ ਵੀ ਬਹੁਤ ਪਰੇਸ਼ਾਨ ਹੈ ਵੀ ਕਿੱਥੇ ਗਏ। ਅਸੀਂ ਇਹਨਾਂ ਨੂੰ ਬਾਦਰ ਜੀ ਨੂੰ, ਬੇਸਲ ਜੀ ਨੂੰ ਮਿਲਣਾ ਚਾਹੁੰਦੇ ਹਾਂ, ਸਾਨੂੰ ਕਿਤੇ ਨਹੀਂ ਸੀ ਮਿਲ ਰਹੇ। ਇੱਕ ਖੁਦਾ ਨੇ ਚਾਹਿਆ ਤੇ ਸਾਡੇ ਇਹਨਾਂ ਨਾਲ ਮੇਲ ਹੋ ਗਏ। ਮੈਂ ਬਹੁਤ ਖੁਸ਼ ਹਾਂ ਅੱਜ ਇਹਨਾਂ ਨੂੰ, ਫਾਦਰ ਜੀ ਨੂੰ ਮਿਲ ਕੇ, ਬੇਸਲ ਜੀ ਨੂੰ। ਮੈਨੂੰ ਇੰਨਾ ਚੰਗਾ ਲੱਗਿਆ ਨਾ, ਮੈਨੂੰ ਵੀ ਖੁਦ ਪਰਮੇਸ਼ਰ ਆਪ ਹੀ ਮਿਲ ਗਏ। ਮੈਨੂੰ ਇੰਨਾ ਚੰਗਾ ਲੱਗਦਾ, ਮੈਂ ਨਾ ਹਰ ਰੋਜ਼ ਇੰਨੀ ਪਰੇਸ਼ਾਨ ਰਹਿੰਦੀ ਸੀ ਨਾ, ਮੈਂ ਰੋਂਦੀ ਹੁੰਦੀ ਸੀ ਅੰਦਰ ਵੜ ਵੜ ਕੇ ਵੀ ਮੈਨੂੰ ਕਿਤੇ ਫਾਦਰ ਜੀ ਮਿਲ ਜਾਣਗੇ। ਹੁਣ ਮੈਨੂੰ ਕਦੋਂ ਮਿਲਣਗੇ? ਮੈਨੂੰ ਅੱਜ ਮੈਨੂੰ ਮਿਲ ਗਏ, ਕੱਲ੍ਹ ਦੀ ਮੈਂ ਇੱਥੇ ਆਈ ਹਾਂ। ਤੇ ਮੈਨੂੰ ਬੜੀ ਇੰਨੀ ਖੁਸ਼ੀ ਹੈ ਨਾ, ਮੇਰੇ ਮਨ ਨੂੰ ਬਹੁਤ ਖੁਸ਼ੀ ਹੈ। ਰਾਤ ਮੈਂ ਜਾਗਰਣ ਦੇ ਵਿੱਚ, ਮੇਰਾ ਪੇਟ ਬਹੁਤ ਦਰਦ ਹੋ ਰਿਹਾ ਸੀ ਘਰੋਂ ਜਦੋਂ ਮੈਂ ਆਈ ਹਾਂ, ਬੜੀ ਪਰੇਸ਼ਾਨ ਸੀ, ਪੀੜਾਂ ਦਰਦਾਂ ਪੂਰੇ ਸਰੀਰ ਵਿੱਚ ਸੀ। ਤੇ ਹੁਣ ਮੈਨੂੰ ਬਿਲਕੁਲ ਕੁਛ ਨਹੀਂ ਹੈਗਾ, ਬਿਲਕੁਲ ਮੈਂ ਠੀਕ ਹਾਂ। ਨਹੀਂ ਤਾਂ ਮੈਨੂੰ ਕਿੰਨੇ ਦਿਨ ਹੋ ਗਏ ਸੀ ਦਵਾਈਆਂ ਖਾਂਦੀ ਨੂੰ, ਰਾਤ ਮੈਂ ਕੋਈ ਦਵਾਈ ਨਹੀਂ ਖਾਈ ਤੇ ਮੈਂ ਬਿਲਕੁਲ ਠੀਕ ਹਾਂ। ਤੇ ਮੈਂ ਰੱਬ ਦਾ ਸ਼ੁਕਰ ਕਰਦੀ ਹਾਂ, ਸਾਡੇ ਬਾਪ ਸਾਨੂੰ ਮਿਲ ਗਏ ਆ। ਦੇਖੋ ਖੁਦਾ ਨੇ ਕੀ ਚਮਤਕਾਰ ਕੀਤਾ, ਪੂਰੇ ਸਰੀਰ ਵਿੱਚ ਦਰਦ ਸੀ ਦਾ ਮਤਲਬ ਕੀ ਹੈ, ਜਦੋਂ ਯੀਸ਼ੂ ਦੇ ਲੱਗੇ ਬੈਠਣਾ, ਯੀਸ਼ੂ ਦੇ ਲੱਗੇ ਮਤਲਬ ਕੀ ਹੈ, ਜਿੱਥੇ ਯੀਸ਼ੂ ਨੇ ਕਿਹਾ ਕਿ ਜਿੱਥੇ ਮੇਰੇ ਨਾਮ ਤੇ 2 ਜਾਂ 3 ਮਿੰਟ ਉੱਤੇ ਮੇਰਾ। ਸੋ ਜਦੋਂ ਸੰਗਤ ਪ੍ਰਭੂ ਦੇ ਨਾਮ ਤੇ ਆ ਕੇ ਇਕੱਠੇ ਹੋ ਗਿਆ, ਨਾਲ ਅਸੀਂ ਪ੍ਰਾਰਥਨਾ ਦੁਆਰਾ ਅੱਜ ਮੈਂ ਵੀ ਦੇਖੋ ਮੈਂ ਇਸ ਜੋ ਪ੍ਰੋਗਰਾਮ ਦੇ ਕਰਕੇ ਮੈਂ ਆਪਣੇ ਘਰੋਂ ਕੇਰਲਾ ਤੋਂ ਮੈਂ ਸਵੇਰੇ 4 ਵਜੇ ਤੁਰਿਆ ਹੈ। ਪੂਰਾ ਰਾਤ ਮੈਂ ਸੋਇਆ ਨਹੀਂ, ਹੁਣ ਤੱਕ ਮੈਂ ਸੋਇਆ ਨਹੀਂ, ਨਾਲ ਮੈਂ ਇੱਥੇ ਆ ਕੇ ਰੋਟੀ ਖਾਇਆ ਹੈ। ਸੋ ਕਿਉਂ? ਕਿਉਂਕਿ ਜਿੱਥੇ ਆਪਾਂ ਥਿਆਂਗੇ ਉੱਥੇ ਖੁਦਾ ਦੀ ਬਰਕਤ ਹੈ। ਮੇਰਾ ਮਨ ਵਿੱਚ ਇੱਕ ਹੀ ਹੈ, ਮੈਂ ਟਾਈਮ 'ਤੇ ਇੱਥੇ ਆਉਣਾ, ਜਿੰਨੇ ਵੀ ਲੋਕ ਆਏ ਆ ਉਹਨਾਂ ਨੂੰ ਮੈਂ ਮਿਲਣਾ ਹੈ। ਸੋ ਅਸੀਂ ਅੱਜ ਕੀ ਕਰਨਾ, ਅਸੀਂ ਇੱਕ ਦੂਸਰੇ ਲਈ ਪ੍ਰਾਰਥਨਾ ਕਰਨਾ, ਤੁਸੀਂ ਮੇਰੇ ਲਈ ਪ੍ਰਾਰਥਨਾ ਕਰਨਾ। ਦੇਖੋ ਪਰਮੇਸ਼ਰ ਨੇ ਕਿਸ ਤਰ੍ਹਾਂ ਇਸ ਭੈਣ ਨੂੰ ਚੰਗਾ ਕੀਤਾ, ਸ਼ਾਂਤੀ ਦਿੱਤਾ, ਬਰਕਤ ਦਿੱਤਾ। ਅੱਗੇ ਵੀ ਮੇਰਾ ਕਹਿਣੇ ਦਾ ਮਤਲਬ ਜੋ ਵਚਨ ਇਸ ਭੈਣ ਨੇ ਦੱਸ ਦਿੱਤਾ ਹੈ, ਇਹ ਤੁਸੀਂ ਸੁਣਨਾ, ਅੱਗੇ ਵੀ ਤੁਸੀਂ ਸੁਣਾਉਣਾ ਹੈ, ਨਾਲ ਲੋਕ ਖੁਦਾ ਦੇ ਕੋਲ ਆਉਣਾ। ਅਸੀਂ ਪ੍ਰਭੂ ਦੀ ਉਡਿਆਈ ਕੀਤੀ। ਹਾਲੇਲੂਇਆ 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 ਯਿਸੂ ਤੇਰੀ ਸਤੁਤੀ ਹੋਵੇ, ਯਿਸੂ ਤੇਰੀ ਸਤੁਤੀ ਹੋਵੇ, ਹਾਲੇਲੂਇਆ ਹਾਲੇਲੂਇਆ।